ਅਮੁੱਲਾ ਜਨਮ ਉਹਨੂੰ ਕੌਡੀ ਦੇ ਬਦਲੇ ਇਨਸਾਨ ਗਵਾ ਲੈਂਦਾ। ਮਾਇਆ ਕੌਡੀ ਆ, ਕੌਡੀ ਭਾਵ ਅੱਧੀ ਪੈਣੀ, ਉਹਦੇ ਬਦਲੇ ਇਨਸਾਨ ਆਪਣਾ ਸਾਰਾ ਜੀਵਨ ਯਤਨ ਕਰਕੇ 24 ਘੰਟੇ ਮਿਹਨਤ ਕਰਕੇ ਗਵਾ ਲੈਂਦਾ ਅਤੇ ਆਪਣੇ ਮੂਲ ਨੂੰ ਪਛਾਣਨ ਤੋਂ ਵਾਂਝਾ ਰਹਿ ਜਾਂਦਾ। ਗੁਰੂ ਮਹਾਰਾਜ ਫਰਮਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਤੂੰ ਦੁਨੀਆਂ 'ਚ ਆਇਆ ਸੀ। ਸੰਜੋਗ ਵਿਜੋਗ ਧੁਰ ਹੋਂ ਹੀ ਹੁਆ, ਪੰਜ ਤੱਤ ਕਰ ਪੁਤਲਾ ਕੀਆ। ਪੰਜ ਤੱਤ ਦਾ ਤੇਰਾ ਪੁਤਲਾ ਬਣਾਇਆ ਸੀ। ਦੇਖੋ ਆਪਣੇ ਸਰੀਰ ਨੂੰ, ਪੰਜ ਤੱਤਾਂ ਦਾ ਸਾਡਾ ਸਰੀਰ ਬਣਿਆ, ਪਰ ਪੰਜ ਤੱਤ ਕੋਈ ਮਾਇਨਾ ਨਹੀਂ ਰੱਖਦੇ ਜੇ ਵਾਹਿਗੁਰੂ ਦੀ ਜੋਤ ਅੰਦਰ ਨਾ ਹੋਏ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਪਰ ਜੋਤ ਕਿੱਦਾਂ ਪ੍ਰਗਟ ਹੋਏ? ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਜੋਤ, ਉਹ ਮੂਲ ਦੀ ਪਹਿਚਾਣ ਤਾਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੀ ਸਾਖੀ ਭਾਵ ਗੁਰੂ ਦੀ ਸਿੱਖਿਆ ਸੁਣੀ ਹੈ। ਹੁਣ ਮਹਾਰਾਜ ਫਰਮਾਉਂਦੇ ਹਨ, ਤੂੰ ਗਰਭ ਦੇ ਵਿੱਚ ਸੀ ਅਤੇ ਉੱਥੇ ਅਕਾਲ ਪੁਰਖ ਵਾਹਿਗੁਰੂ ਨੇ ਤੇਰੀ ਕਿੱਦਿਆਂ ਰੱਖਿਆ ਕੀਤੀ। ਸੁਣ ਧਿਆਨ ਨਾਲ। ਸਾਹੇ ਕੇ ਫੁਰਮਾਇੜ ਹੈ ਜੀ, ਦੇਹੀ ਵਿੱਚ ਜੀਓ ਆਏ ਪਿਆ। ਹੁਣ ਦੇਹੀ ਦੇ ਵਿੱਚ ਆ ਗਿਆ। ਜਿੱਥੇ ਅਗਨ ਪਖੈ ਪੜਹਾਰੇ, ਉਰਦ ਮੁੱਖ ਮਹਾਂਗੁਬਾਰੇ। ਮਾਂ ਦੀ ਗਰਭ ਦੇ ਵਿੱਚ ਅੱਗ ਸੀ ਅਤੇ ਤੇਰਾ ਮੂੰਹ ਥੱਲੇ, ਸਿਰ ਥੱਲੇ ਅਤੇ ਪੈਰ ਉੱਪਰ। ਸਾਸ ਸਾਸ ਸਮਾਲੇ ਸੋਈ, ਉੱਥੇ ਖਸਮ ਛਡਾਏ ਲਿਆ। ਉੱਥੇ ਖਸਮ ਨੇ ਤੈਨੂੰ ਛਡਾ ਲਿਆ। ਸਵਾਸ ਸਵਾਸ ਤੇਰੀ ਰੱਖਿਆ ਕੀਤੀ ਜਿੱਥੇ ਮਾਂ ਰੱਖਿਆ ਨਹੀਂ ਕਰ ਸਕਦੀ ਸੀ। ਹੁਣ ਤਾਂ ਮਾਂ ਤੈਨੂੰ ਦੁੱਧ ਪਿਲਾਉਂਦੀ ਆ, ਕਈ ਤਰ੍ਹਾਂ ਦੇ ਸੀਰੀਅਲ ਖਵਾਉਂਦੀ ਆ, ਉੱਥੇ ਮਾਂ ਦੀ ਪਹੁੰਚ ਨਹੀਂ ਸੀ। ਉਹ ਸੱਚੇ ਮਾਤਾ ਪਿਤਾ ਨੇ ਤੇਰੀ ਰੱਖਿਆ ਕੀਤੀ। ਹੁਣ ਕੀ ਵਾਪਰਿਆ? ਮਹਾਰਾਜ ਫਰਮਾਉਂਦੇ ਹਨ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਉੱਥੇ ਵਾਹਿਗੁਰੂ ਮਾਲਕ ਨੂੰ ਯਾਦ ਕਰਦਾ ਸੀ, ਹੁਣ ਗਰਭ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ, ਤੂੰ ਆਪਣੇ ਖਸਮ ਨੂੰ ਵਿਸਾਰ ਦਿੱਤਾ, ਦੁਨੀ ਚਿੱਤ ਲਾਇਆ, ਦੁਨੀਆਂ ਨਾਲ ਆਪਣਾ ਚਿੱਤ ਲਾ ਲਿਆ। ਆਏ ਜਾਏ ਭਵਾਈਐ ਜੋਨੀ, ਰਹਿ ਨਾ ਕਿਥੇ ਥਾਂ ਪਿਆ। ਹੁਣ ਇਹਦਾ ਨਤੀਜਾ ਵੀ ਤੈਨੂੰ ਆਉਣਾ ਜਾਣਾ ਪੈਣਾ ਫਿਰ ਦੁਬਾਰਾ, ਤੂੰ ਆਪਣੇ ਆਪ ਨੂੰ ਪਛਾਣਿਆ ਨਹੀਂ। ਸਾਧ ਸੰਗਤ ਜੀ, ਗੱਲ ਤਾਂ ਬੜੀ ਖਤਰਨਾਕ ਹੈ। ਹੁਣ ਅਸੀਂ ਡਰਾਈਵਿੰਗ ਕਰਦੇ ਹਾਂ, ਬਹੁਤ ਸ਼ਾਰਪ ਇੱਕ ਬੈਂਡ ਆਉਂਦਾ ਸੜਕ ਦਾ, ਉੱਥੇ ਵੱਡੇ ਵੱਡੇ ਸਾਈਨ ਲੱਗੇ ਹੁੰਦੇ ਆ, ਭਾਈ ਕਾਰ ਦੀ ਸਪੀਡ ਨੂੰ ਸਲੋ ਕਰ ਲਓ। ਬਹੁਤ ਇੱਕ ਸ਼ਾਰਪ ਬੈਂਡ ਆ, ਉੱਥੇ ਉਲਟਣ ਦਾ ਖਤਰਾ। ਸੋ ਉਹੀ ਮਹਾਰਾਜ ਨੇ ਸਾਨੂੰ ਦੱਸ ਦਿੱਤਾ, ਮੇਰੇ ਮੂਰਖ ਮਨ ਤੂੰ ਗਰਭ ਕਾਹਨੂੰ ਕਰਨਾ, ਗਰਭ ਗਹਿਲੜੋ, ਗਹਿਲ ਮੀਨਸ ਫੜਿਆ ਹੋਣਾ, ਤੈਨੂੰ ਹੰਕਾਰ ਨੇ ਫੜਿਆ ਹੋਇਆ, ਜਕੜਿਆ ਹੋਇਆ। ਮੂੜੜੋ ਹੀ ਓ ਰੇ, ਮੇਰੇ ਮੂਰਖ ਹੀ ਰੇ, ਹਿਰਦੇ ਮੇਰੇ ਮਨ ਤੂੰ ਇੰਨਾ ਮੂਰਖ, ਤੂੰ ਗੱਲ ਨੂੰ ਸਮਝਦਾ ਨਹੀਂ। ਦੁਬਾਰਾ ਦੁਬਾਰਾ ਗੁਰੂ ਮਹਾਰਾਜ ਤੈਨੂੰ ਸਮਝਾਉਂਦੇ ਨੇ, ਫਿਰ ਤੂੰ ਆਪਣੇ ਕੰਨਾਂ ਦੇ ਵਿੱਚ ਉਂਗਲੀਆਂ ਵਾੜ ਲੈਂਦਾ, ਜਾਂ ਇੱਕ ਪਾਸਿਓਂ ਤੂੰ ਸੁਣਦਾ ਦੂਜੇ ਪਾਸਿਓਂ ਕੱਢ ਦਿੰਦਾ। ਹੀਓ ਮਹਾਰਾਜ ਰੀ ਮਾਇਓ, ਢੀਹਰ ਨਿਆਈ ਮੋਹੇ ਹਾਕਿਓ ਰੇ। ਤੂੰ ਹੁਣ ਮਾਇਆ ਦਾ ਕਸੂਰ ਨਾ ਕੱਢ ਪਈ। ਦੇਖੋ ਜੀ, ਮਾਇਆ ਦਾ ਕਸੂਰ ਆ ਸਾਰਾ। ਹੁਣ ਕਈ ਧਰਮਾਂ ਦੇ ਵਿੱਚ ਲੋਕੀ ਕਹਿੰਦੇ ਆ, ਮਾਇਆ ਬਣਾਈ ਹੈ ਸ਼ੈਤਾਨ ਨੇ, ਡੈਵਲ ਨੇ। ਉਹ ਜਿਹੜਾ ਸ਼ੈਤਾਨ ਹੈ ਉਹ ਵਾਹਿਗੁਰੂ ਦੇ ਉਲਟ ਕੰਮ ਕਰਦਾ, ਜੋ ਵਾਹਿਗੁਰੂ ਕਹਿੰਦਾ ਉਹਦੇ ਉਲਟ ਕੰਮ ਕਰਦਾ, ਅਤੇ ਬਚ ਕੇ ਰਹੋ ਸ਼ੈਤਾਨ ਤੋਂ। ਮਤਲਬ ਇਲਜ਼ਾਮ ਕਿਸੇ ਹੋਰ 'ਤੇ ਦੇ ਦੇਣਾ, ਅੰਗਰੇਜ਼ੀ 'ਚ ਕਹਿੰਦੇ ਨੇ ਪਾਸ ਦੀ ਬੱਗ, ਕਸੂਰ ਆਪਣਾ ਅਤੇ ਕਿਸੇ ਹੋਰ ਦਾ ਕਸੂਰ ਕੱਢ ਦੇਣਾ, ਸਾਬਤ ਕਰ ਦੇਣਾ ਵੀ ਉਹਦਾ ਕਸੂਰ ਹੈ, ਮੇਰਾ ਕੋਈ ਕਸੂਰ ਨਹੀਂ।
ਮਹਾਰਾਜ ਕਹਿੰਦੇ ਹੁਣ ਦੁਨੀਆ ਕਹਿੰਦੀ ਹੈ ਵੀ ਸਾਰੇ ਸ਼ਿਕਾਇਤ ਕਰਦੇ ਰੱਬ ਨੂੰ ਵਾਹਿਗੁਰੂ ਇਹ ਮਾਇਆ ਬਹੁਤ ਤੰਗ ਕਰਦੀ ਮੈਨੂੰ ਇਹ ਸ਼ੈਤਾਨ ਆ ਪਰ ਮਾਇਆ ਕਹਿੰਦੇ ਨੇ ਹੀਓ ਮਹਾਰਾਜ ਦੀ ਮਾਇਓ ਇਹ ਮਾਇਆ ਵੀ ਵਾਹਿਗੁਰੂ ਦੀ ਆ ਮਾਇਆ ਦਾ ਕੋਈ ਕਸੂਰ ਨਹੀਂ ਜੋ ਕੋਈ ਇਨਸਾਨ ਡੁੱਬ ਜਾਂਦਾ ਪਾਣੀ ਦੇ ਵਿੱਚ ਅਤੇ ਅਸੀਂ ਕਹੀਏ ਭਾਈ ਪਾਣੀ ਦਾ ਕਿੰਨਾ ਕਸੂਰ ਆ ਉਹ ਰੱਬ ਨੇ ਪਾਣੀ ਕਿਉਂ ਬਣਾ ਦਿੱਤਾ ਉਹ ਡੁੱਬਿਆ ਇਨਸਾਨ ਤਾਂ ਆ ਉਹਨੇ ਆਪਣੀ ਕੇਅਰ ਨਹੀਂ ਕੀਤੀ ਖਿਆਲ ਨਹੀਂ ਰੱਖਿਆ ਤਰਨਾ ਨਹੀਂ ਸਿੱਖਿਆ ਜਾਂ ਪਾਣੀ ਦੇ ਵਿੱਚ ਛਾਲ ਮਾਰਤੀ ਹੁਣ ਸਾਧ ਸੰਗਤ ਜੀ ਕਿੰਨੀ ਦੁਨੀਆਂ ਦੇ ਵਿੱਚ ਹਾਦਸੇ ਹੋ ਰਹੇ ਨੇ ਜਿੱਥੇ ਪਾਣੀ ਨੇ ਕਾਫੀ ਤਬਾਹੀ ਕੀਤੀ ਆ ਪਰ ਇਹ ਵੀ ਵਾਹਿਗੁਰੂ ਦਾ ਪਾਣਾ ਪਾਣੀ ਨੇ ਸਾਰੀ ਸ੍ਰਿਸ਼ਟੀ ਬਣਾਈ ਆ ਅਕਾਲ ਪੁਰਖ ਵਾਹਿਗੁਰੂ ਨੇ ਹਵਾ ਤੋਂ ਪਾਣੀ ਪਾਣੀ ਤੋਂ ਤ੍ਰਿਭਵਨ ਨੂੰ ਸਾਜਿਆ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋ ਸਮੋਏ ਜੇ ਜਲ ਨਾ ਹੋਏ ਤੇ ਸ੍ਰਿਸ਼ਟੀ ਵੀ ਨਹੀਂ ਹੈ ਸੋ ਭਾਵ ਪਾਣੀ ਦਾ ਸਦ ਉਪਯੋਗ ਕਰਨਾ ਹੀ ਇੱਕ ਸਿਆਣਪ ਦੀ ਗੱਲ ਆ ਪਾਣੀ ਮਾੜਾ ਨਹੀਂ ਹੈ ਜੇ ਕੋਈ ਡੁੱਬਦਾ ਉਹਦਾ ਆਪਣਾ ਕਸੂਰ ਆ ਸੋ ਇਹ ਮਾਇਆ ਵੀ ਉਸ ਵਾਹਿਗੁਰੂ ਨੇ ਬਣਾਈ ਹੈ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣਹਾਰਾ ਉਹ ਆਪ ਦੇਖਦਾ ਸਾਰੀ ਸ੍ਰਿਸ਼ਟੀ ਨੂੰ ਖੁਸ਼ ਹੁੰਦਾ ਦੇਖੋ ਭਾਈ ਕਿੱਦਾਂ ਮਾਇਆ 'ਚ ਫਸੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਪਾਂਚ ਤੱਤ ਦਾ ਜਿਹੜਾ ਪੁਤਲਾ ਬਣਾਇਆ ਸੀ ਮਿੱਟੀ ਦਾ ਪੁਤਲਾ ਬਣਾਇਆ ਸੀ ਦੇਖੋ ਕਿੱਦਾਂ ਟੱਪਦਾ ਫਿਰਦਾ ਜੀਵਨ ਦਿੱਤਾ ਸੀ ਵੀ ਤੂੰ ਉਸ ਵਾਹਿਗੁਰੂ ਦੇ ਰੰਗ ਮਾਣ ਅਤੇ ਮਾਇਆ ਤੇਰੀ ਸੇਵਾ ਕਰੇਗੀ ਤੂੰ ਮਾਇਆ ਦੇ ਵਿੱਚ ਇੰਨਾ ਖਚਤ ਹੋ ਗਿਆ ਆਪਣੇ ਖਸਮ ਨੂੰ ਭੁਲਾ ਬੈਠਾ ਅੱਜ ਕੱਲ੍ਹ ਸਾਧ ਸੰਗਤ ਜੀ ਬੱਚਿਆਂ ਦਾ ਵੀ ਇਹੀ ਹਾਲ ਹੈ ਤੁਸੀਂ ਦੇਖੋ ਆਪਣੇ ਘਰਾਂ ਦੇ ਵਿੱਚ ਝਾਕ ਮਾਰ ਕੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਪਾਲਦੇ ਲੋਕ ਮਾਪੇ ਬਹੁਤ ਪਿਆਰ ਨਾਲ ਪਾਲਦੇ ਫਿਰ ਜਦੋਂ ਵੱਡੇ ਹੋ ਜਾਂਦੇ ਆ ਨੌਕਰੀ ਮਿਲ ਜਾਂਦੀ ਆ ਪੈਸਾ ਥੋੜ੍ਹਾ ਪੱਲੇ ਪੈ ਜਾਂਦਾ ਫਿਰ ਕਈ ਵਾਰੀ ਮਾਂ ਅਤੇ ਪਿਓ ਨੂੰ ਵੀ ਨਹੀਂ ਪੁੱਛਦੇ ਉਹ ਫੋਨ ਵੀ ਨਹੀਂ ਕਰਦੇ ਵੀ ਤੁਹਾਡਾ ਕੀ ਹਾਲ ਆ ਬਹੁਤ ਹੀ ਖਤਰਨਾਕ ਅਵਸਥਾ ਸੋ ਗੁਰੂ ਮਹਾਰਾਜ ਫਰਮਾਉਂਦੇ ਹਨ ਇਨਸਾਨ ਦੀ ਹਾਲਤ ਇਹ ਹੈ ਵੀ ਮਾਇਆ ਨੇ ਇੱਕ ਡੈਮ ਦੀ ਤਰ੍ਹਾਂ ਇਹਨੂੰ ਨਿਗਲ ਲਿਆ ਢੀਹਰ ਢੀਹਰ ਮੈਨੇ ਡੈਨ ਨਿਆਈ ਮੋਹ ਫਾਕਿਓ ਰੇ ਫਾਕਿਓ ਮੈਨੇ ਨਿਗਲ ਜਾਣਾ ਇਨਸਾਨ ਮੰਗਦਾ ਮੈਨੂੰ ਜ਼ਿਆਦਾ ਮਿਲੇ ਜ਼ਿਆਦਾ ਮਿਲੇ ਜ਼ਿਆਦਾ ਮਿਲੇ ਘਣੋ 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 ਸਦ ਲੋੜੈ ਬਿਨ ਲਹਿਰੇ ਕੈਠੇ ਪਾਇਆ ਰੇ ਬਿਨਾਂ ਭਾਗਾਂ ਦੇ ਤੈਨੂੰ ਕਿੱਦਾਂ ਧਨ ਪ੍ਰਾਪਤ ਹੋ ਸਕਦਾ ਭਾਈ ਕਿਰਤ ਕਰਿਆ ਕਰ ਵਾਹਿਗੁਰੂ ਦੇ ਗੁਣ ਗਾਇਆ ਕਰ ਮਾਇਆ ਤੇਰੀ ਦਾਸੀ ਬਣ ਜਾਏਗੀ ਪਰ ਨਹੀਂ ਗੱਲ ਸਮਝ ਆਉਂਦੀ ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨਹਿ ਭਾਗੜੋ ਪਾਏ ਸੰਜੋਇਓ ਰੇ ਮਹਾਰਾਜ ਨੇ ਜਿਹੜੀਆਂ ਵਸਤੂਆਂ ਬਖਸ਼ੀਆਂ ਸਨ ਮਹਾਰਾਜ ਰੋ ਗਾਥ ਗਾਥ ਮੇਰੇ ਵਸਤੂਆਂ ਵਾਹੂ ਸਿਓ ਲੁਬੜਿਆ ਇਹ ਇਨਸਾਨ ਤੂੰ ਇਹਨਾਂ ਦੇ ਨਾਲ ਲਿਬੜ ਗਿਆ ਖਚਤ ਹੋ ਗਿਆ ਨਹਿ ਭਾਗੜੋ ਤੇਰੇ ਭਾਗ ਨਹੀਂ ਸੀ ਵੀ ਤੂੰ ਆਪਣੇ ਆਪ ਨੂੰ ਪਛਾਣ ਸਕੇ ਭਾਹੇ ਸੰਜੋਇਓ ਰੇ ਭਾਹੇ ਮੈਨੇ ਅੱਗ ਅੱਗ ਦੇ ਨਾਲ ਤੂੰ ਏਦਾਂ ਮਾਣੋ ਵੀ ਅੱਗ ਦੇ ਨਾਲ ਜੱਫਾ ਪਾਇਆ ਹੋਇਆ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪਰਾਛ ਮੇਰੇ ਮਿੱਟਿਓ ਰੇ ਹੁਣ ਮਹਾਰਾਜ ਨੇ ਇਲਾਜ ਵੀ ਦੱਸਿਆ ਭਾਈ ਗੁਰੂ ਦੀ ਸਿੱਖਿਆ ਲੈ ਸੁਣ ਮਨ ਸੀਖ ਸਾਧੂ ਜਨ ਸਗਲੋ ਇਹ ਨਹੀਂ ਵੀ ਇੱਕ ਸਿੱਖਿਆ ਲੈ ਲਈ ਅਤੇ ਦੂਜੀ ਜਿਹੜੀ ਹੈ ਉਹਦਾ ਧਿਆਨ ਹੀ ਨਹੀਂ ਕੀਤਾ ਉਹ ਕਹਿੰਦੇ ਇੱਕ ਬੰਦਾ ਗੰਨੇ ਦੇ ਖੇਤ ਦੇ ਵਿੱਚ ਵੜ ਕੇ ਅਤੇ ਕਿਸੇ ਦੇ ਗੰਨੇ ਚੁਰਾਉਂਦਾ ਸੀ ਚੁਰਾਈ ਗਿਆ
ਅਤੇ ਨਾਲ ਨਾਲ ਬਾਣੀ ਦੀ ਤੁੱਕ ਪੜ੍ਹੀ ਜਾਏ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਉਹ ਕਿਸੇ ਨੇ ਦੇਖ ਲਿਆ। ਉਹ ਕਹਿੰਦੇ ਭਾਈ ਅਗਲੀ ਲਾਈਨ ਵੀ ਪੜ੍ਹ ਲੈ, ਗੁਰੂ ਕਾ ਸਿੱਖ ਵਿਕਾਰ ਤੇ ਹਟੇ, ਕਿ ਗੁਰੂ ਦਾ ਸਿੱਖ ਜਿਹੜਾ ਉਹ ਵਿਕਾਰ ਨਹੀਂ ਕਰਦਾ, ਚੋਰੀ ਨਹੀਂ ਕਰਦਾ। ਕਹਿੰਦੇ ਭਾਈ ਇਹ ਲਾਈਨ ਮੇਰੇ ਵਾਸਤੇ ਨਹੀਂ ਹੈ, ਇਹ ਕਿਸੇ ਹੋਰ ਵਾਸਤੇ। ਮੈਂ ਤਾਂ ਗੰਨੇ ਚੋਰੀ ਕਰਦਾ, ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਮੇਰੇ ਬੰਧਨ ਕੱਟ ਦੇ। ਤਾਂ ਸਾਡੀ ਜਿਹੜੀ ਸੋਚਣੀ ਆ, ਸਾਡਾ ਅਮਲ ਵੀ ਹੈ ਅੱਧਾ ਪਚੱਧਾ। ਜੇ ਮੰਨਾ ਸੁਣ ਮਨ ਸਿੱਖ ਸਾਧੂ ਜਨ ਸਗਲੋ, ਸਾਰੀ ਸਿੱਖਿਆ ਮੰਨੀ ਪੈਣੀ ਹੈ, 100% ਗੁਰੂ ਦੀ ਗੱਲ ਮੰਨੀ ਪੈਣੀ ਹੈ। ਥਾਰੇ ਸਗਲੇ ਪ੍ਰਾਛਤ ਮਿਟਿਓ ਰੇ, ਤੁਹਾਡੇ ਸਾਰੇ ਪਾਪ ਮਿਟ ਜਾਣਗੇ। ਜਾਂ ਕੋ ਲਹਿਣੋ ਮਹਾਰਾਜਰੀ ਗਾਂਠੜੀਓ, ਜਨ ਨਾਨਕ ਗਰਬਾਸ ਨਾ ਪੋੜਿਓ ਰੇ। ਜੇ ਗਰਬਾਸ ਦੇ ਵਿੱਚ ਨਹੀਂ ਪੈਣਾ ਫਿਰ ਦੁਬਾਰਾ, ਤਾਂ ਇੱਕ ਕੰਮ ਕਰ, ਉਸ ਵਾਹਿਗੁਰੂ ਦੀ ਗਾਂਠੜੀ ਉਹਦੇ ਖਜ਼ਾਨੇ ਦੇ ਵਿੱਚੋਂ ਨਾਮ ਦਾ ਖਜ਼ਾਨਾ ਇਕੱਠਾ ਕਰ। ਸੱਚਾ ਧਨ ਉਹਨੂੰ ਇਕੱਠਾ ਕਰ ਜਿਹੜਾ ਲੋਕ ਅਤੇ ਪ੍ਰਲੋਕ ਵਿੱਚ ਸਹਾਈ ਹੋਏ। ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫ਼ੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਿਸ ਤਰ੍ਹਾਂ ਸਤਿਗੁਰਾਂ ਨੇ ਦੁਨੀ ਚੰਦ ਨੂੰ ਉਪਦੇਸ਼ ਦਿੱਤਾ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜੋ ਕਿ ਮਾਇਆ ਇਕੱਠੀ ਕਰਦਾ ਸੀ, ਉਹਦਾ ਇੱਕ ਨਿਸ਼ਾਨਾ ਸੀ ਭਈ 7 ਕਰੋੜ ਇਕੱਠਾ ਕਰਕੇ ਮਨ ਨੂੰ ਸ਼ਾਂਤੀ ਮਿਲੇਗੀ। ਪਰ ਮਹਾਰਾਜ ਨੇ ਉਹਨੂੰ ਇੱਕ ਸੂਈ ਦਿੱਤੀ ਸੀ, ਭਾਈ ਇਹ ਸੂਈ ਅਗਲੇ ਜਨਮ ਦੇ ਵਿੱਚ ਮੈਨੂੰ ਦੇ ਦੇਈਂ। ਅਤੇ ਤਾਂ ਉਹਦੀਆਂ ਅੱਖਾਂ ਖੁੱਲੀਆਂ, ਜਾਗਰਤੀ ਆਈ। ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਗੁਰੂ ਮਹਾਰਾਜ ਕਿਰਪਾ ਕਰਨ, ਅਜਾ ਮਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਗਤ ਕੋ ਜੋਗੀ ਸੁਰ ਬਾਂਛਤ ਸੋਗਤ ਛਿਨ ਮੈਂ ਪਾਈ। ਗੁਰੂ ਮਹਾਰਾਜ ਕਿਰਪਾ ਕਰਨ, ਕੁਛ ਸਮਾਂ ਅੰਗਰੇਜ਼ੀ ਦੇ ਵਿੱਚ ਵਿਚਾਰ ਕਰਨਾ। ਟੁਡੇਜ਼ ਹੁਕਮਨਾਮਾ ਇਜ਼ ਏ ਬਲੈਸਿੰਗ ਫਰੋਮ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇਨ ਰਾਗ ਟੋਡੀ। ਰਾਗ ਟੋਡੀ ਇੰਪਾਰਟਸ ਦੀ ਟੈਂਡਰ ਮੂਡ, ਸੋਫਨਸ ਦੀ ਮਾਇੰਡ, ਦੀ ਐਰੋ ਆਫ ਦੀ ਸ਼ਬਦ ਹਿਟਸ ਦੀ ਮਾਇੰਡ, ਵੇਕਸ ਦੀ ਮਾਇੰਡ ਆਪ, ਦੀ ਮਾਇੰਡ ਦੈਟ ਇਜ਼ ਸਲੀਪਿੰਗ ਫਰੋਮ ਮੈਨੀ ਮੈਨੀ ਲਾਈਵਸ। ਇਟਸ ਵਰਥ ਰਿਮੈਂਬਰਿੰਗ ਔਰ ਬੀਇੰਗ ਰਿਮਾਇੰਡਡ, ਆਲਦੋ ਆਵਰ ਬੋਡੀ ਮਾਈਟ ਬੀ 10 ਈਅਰ ਓਲਡ, 20, 30, or 50 ਈਅਰ ਓਲਡ, ਓ ਮੇ ਬੀ 60 ਈਅਰ ਓਲਡ, ਆਵਰ ਮਾਇੰਡ ਇਜ਼ ਮਿਲੀਅਨਸ ਐਂਡ ਮਿਲੀਅਨਸ ਆਫ ਈਅਰ ਓਲਡ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਫਰੋਮ ਮੈਨੀ ਬਰਥ ਦਿਸ ਮਾਇੰਡ ਇਜ਼ ਸਟਿਲ ਦੇਅਰ, ਮਾਇੰਡ ਦੀ ਸੋਲ ਨੈਵਰ ਡਾਈਜ਼। ਬਟ ਮਾਇੰਡ ਚੇਂਜਿਸ ਦੀ ਫਿਜ਼ੀਕਲ ਫੋਰਮ। ਸੋ ਅਕਾਲ ਪੁਰਖ ਵਾਹਿਗੁਰੂ ਹੈਲਪਸ ਅਸ ਟੂ ਵੇਕ ਅਪ ਫਰੋਮ ਦੀ ਸਲੀਪ। ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਦੀ ਮਾਇੰਡ ਵਿਚ ਇਜ਼ ਡੋਮੈਂਟ ਫਰੋਮ ਮੈਨੀ ਮੈਨੀ ਲਾਈਵਸ ਵੇਕਸ ਅਪ। I was reading on the internet about the autistic people. Autistic people, they have a set thinking. They can't go beyond certain thinking, very focused. And some of the autistic children and people, they are very, very intelligent. Some of them have symptoms of not recognizing any relationship. They don't have social skills. So part of their brain is asleep. But Guru Maharaj reveals that 90% of our brain is asleep. So we only use only maybe 9% maximum. Person who is using 9% of the brain is very intelligent. With Guru's kirpa, when we reflect upon the Gurbani, when we practice the Gurbani, 100%
mind, the brain is used. It comes into action. You are awake. So that is why Guru Maharaj has revealed, Gur Pure Ki Charni Lag Janam Janam Ka Soya Ja. From many lives, mind which was asleep, which was dormant, was unused, wakes up. Now you can see more things than what you can see with your physical eyes. What is the reason why mind is asleep? The prime reason is garab. Garab is pride. Garab gahlado. Gahl means to hold. The pride is holding our mind very tight. Mudro hiore. Mudro means foolish. Mind is so foolish. Mind will listen to Guru's teaching from one ear and take it out of the other ear. How many times Guru Maharaj has revealed in the Gurbani? Kaam krodh kaya ko jala. Kaam means worldly desires. Krodh means anger. Anger and the worldly desires is like fire which rots the body. It's like acid. If something is put in the acid, it rots with time. Similarly, in the desires, in the furnace of desire and anger, the body rots. That's why people have horrible diseases. Nowadays, doctors are finding rare diseases which never they heard of because people are so much in stress. People get stressed because they detach themselves from the mool, from their origin. So Guru Maharaj reveals, the pride is causing my separation from the origin. Mind is such a foolish mind. Hiyo Maharajri Mayo Maharaj, Sovereign King, the Lord King, our Creator. Our Creator has made the Maya, the material, and mind is clinging on to the material. It's foolish. Lost its way. Maya is like a witch. Tihar. Tihar is witch. Tihar Nyai Mohe Phakyore. Phakyo means swallowed. Now people blame Maya. You know, always when you are in trouble, what you try to do? Blame others. When you are suffering, what do? You blame Vaheguru. Vaheguru, why it happened in my life? Why this happened? Why that happened? Don't blame others. This is a lesson for us today. It's Vaheguru's Maya. Vaheguru has made the Maya for sustenance of the creation. You can't blame Maya or you can't blame Vaheguru. It's your own fault. There is evidence in the Gurbani. The fault is that you have forgotten your mool, your origin. Guru Maharaj reveals, Vichon garbhay nikal aya, khasam visar duni chit laya. You have come out of mother's womb where you were praying to Vaheguru, you were connected to Vaheguru and Vaheguru protected you there. But khasam visar duni chit laya, when you came out of the womb, you forgot your khasam, your Lord. Duni chit laya, duni means duniya. You connected to duniya, the material. Now what is the consequences? Now suffering starts. Khasam visar kine raspog, taan tan uth khloe rog. Now diseases will come from left, right and center. Now you are screaming. Daddai dosh na deun kisai dosh karma apneya. Jo mein kiya, so mein paya, dosh na dijay avarjana. Don't blame others. Dosh means blame.
So this is Akal Purakh Vaheguru's Maya. Maya is needed. Don't get stuck in it. There's a warning sign, slow down, there's a sharp bend. You carry on your motorbike, in your car, at 100 miles per hour. First of all, you are exceeding the speed limit. Secondly, you are not taking care of or notice of the sign. There's a sharp bend. Then you can't blame the authorities or council that you had an accident. Everything is there for you. You have been warned. So Guru Maharaj reveals the end result is when you forget your mool, what happens? Aave jaye pavaiye juni rehen na kithi thaye paya. You can't find the place where you have peace. Aave jaye, you are coming and going. So Guru Maharaj reveals, if you connect to Vaheguru, Maya will serve you. If you chase Maya, you will get suffering. So Maya has swallowed me like a witch. Kano, 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 sad loda, bin lehle kathe paya ruve. There's a rat race nowadays. The cousins, the brothers, they are competing with each other who has a bigger house, who has more wealth. Kano, kano, more and more. People are trying to accumulate tragedy. In that competition, they forget the moon. You know, have you watched that serial, Open 24 Hours? This guy is working 24 hours to earn more and more money. Has no time for God, no time for anyone else. So that is what Maharaj is trying to reveal to us. Wake up. This is the time. At least do Simran of Vaheguru for 1 minute, 2 minutes, 3 minutes. O kuch karla. O 2 minute rab nu chete karla. If you can't find time, you are so busy, sit down for 1 minute. Remember Vaheguru. Show your gratitude to Vaheguru. What Vaheguru has given you. Look at your body. Thank Vaheguru for that body. If you have problem with your hands, you're suffering. If your legs are okay, thank Vaheguru for legs. If you can see, thank Vaheguru for eyes. Don't complain for the parts of the body which are not working. If we start thanking Vaheguru for little things, Vaheguru gives us more and more. Makes the whole body healthier. So simple clues like that. People say, I don't have time to remember Vaheguru. That's nonsense. You are breathing. This air is free. No one is charging you for the oxygen you are breathing. Thank Vaheguru. For the electricity, you are paying bill to the council. For the electricity board. But why can't you thank Vaheguru for the air, water, and your consciousness that you are alive? So once you start being grateful to Vaheguru, Guru Maharaj reveals, you are accumulating the true wealth. You are getting the true wealth from the treasure of Vaheguru. Jaako lehano maharajari ganthdiyo, jan nanak garbas na poryo re. Then you will never enter the womb again. The garbas. Garbas is womb. You are free. You become eternal. You become Vaheguru's form. There is no difference between you and Vaheguru. You represent Vaheguru. Khalsa. Jin har japya se har hoye har milya kel kalali. So Maharaj, bless everyone, keep in Chardikala, and also help others to be in Chardikala. Smile. Remember to make others smile as well. Make other people's life as cheerful as you can. Then prosperity and happiness will come into your life. May Vaheguru keep you in Chardikala. ਪਿਆਰ ਨਾਲ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।